ਉਹ ਤੇਰੇ ਉਸਤਾਦ ਕੋਲੇ ਗੀਤ ਵਧੀਆ ਹੈ, ਮੈਂ ਵਧੀਆ ਗਾਣਾ ਲੈ ਕੇ ਇੰਡਸਟਰੀ 'ਚ ਹਿੱਟ ਹੋਣਾ। ਗੀਤ ਬੰਬ, ਤੈਨੂੰ ਇਹ ਨਹੀਂ ਪਤਾ ਲੱਗਣਾ ਕਿਹੜਾ ਰੱਖਣਾ ਅਤੇ ਕਿਹੜਾ ਛੱਡਣਾ। ਅੱਛਾ ਚੱਲ ਵੇਖਦੇ। ਆਜਾ ਉਸਤਾਦ ਨੂੰ ਆਮਦ ਹੋ ਰਹੀ ਆ। ਆਜਾ ਆ ਗਿਆ ਆ ਗਿਆ ਆ ਗਿਆ। ਉਸਤਾਦ ਜੀ ਮੁੰਡਾ ਆਇਆ ਜੀ, ਇਹਨੇ ਸਿੰਗਲ ਟਰਾਈ ਕਰਨਾ ਜੀ। ਮੈਂ ਇਹਨੂੰ ਕਹਿਤਾ ਸੀ ਉਸਤਾਦ ਤੋਂ ਬਗੈਰ ਤਾਂ ਹੋਰ ਕੋਈ ਤੈਨੂੰ ਹਿੱਟ ਹੀ ਨਹੀਂ ਕਰ ਸਕਦਾ। ਉਸਤਾਦ ਜੀ ਨੂੰ ਗਾਣੇ ਸੁਣਾਓ ਆਪਣੇ। ਕਿੰਨੇ ਕੁ ਪੈਸੇ ਲਾ ਦਿਆਂਗੇ ਵੀਡੀਓ 'ਤੇ ਆਪਾਂ ਬ੍ਰਦਰ? ਲਾ ਦੇਣ ਜੀ 2-2.5 ਲੱਖ। ਨਾ ਨਾ ਨਾ, ਮੇਰੇ ਗਾਣੇ ਦੇ ਬੋਲਾਂ ਅੱਗੇ 2-2.5 ਲੱਖ ਦੀ ਵੀਡੀਓ ਫਿੱਕੀ ਪੈ ਜਾਣੀ ਆ। ਘੱਟੋ ਘੱਟ 8-10 ਲੱਖ ਰੁਪਈਆ। ਇਹ ਨਹੀਂ ਪਤਾ ਤੁਸੀਂ ਗਾਣਾ ਸੁਣ ਕੇ 15 ਲੱਖ ਲਾ ਦਿਓ ਵੀਡੀਓ 'ਤੇ ਬ੍ਰਦਰ। ਉਸਤਾਦ ਜੀ ਮੈਂ ਉਹ ਕਰ ਲਏ ਸੀ, ਇਹਦੇ ਨਾਲ ਸਾਰਾ ਕੁਛ ਦੱਸਿਆ ਹੋਇਆ ਜੀ। ਕੋਈ ਗੱਲ ਨਹੀਂ, ਗਾਣੇ ਬੜੇ ਜੈਜੀ ਬੈਂਸ ਟਾਈਪ, ਸਲੀਮ ਟਾਈਪ ਅਤੇ ਬਾਬੂ ਚੰਡੀਗੜੀਆ ਟਾਈਪ, ਇਹਨਾਂ 'ਤੇ ਥੋੜ੍ਹਾ ਜਿਹਾ ਕੁੱਟ ਦਾ ਖਤਰਾ ਵੱਧ ਰਹਿੰਦਾ। ਸੋ ਤੇਰੀ ਸ਼ਕਲ ਦੇਖ ਕੇ ਲੱਗਦਾ ਕਿ ਤੂੰ ਜੈਜੀ ਬੈਂਸ ਟਾਈਪ ਗਾਣੇ ਗਾ ਕੇ ਹਿੱਟ ਹੋਏਗਾ। ਆ ਪਿਆ ਗਾਣਾ, ਤੁਹਾਡਾ ਭਵਿੱਖ ਇਰਸ਼ਾਦ, ਸੋਸ਼ਲ ਮੀਡੀਆ ਦੇ ਇਸ਼ਕ ਦੀ ਗੱਲ ਹੈ, ਜਦੋਂ ਧਿਆਨ ਨਾਲ ਸੁਣਨਾ। ਸਾਡਾ ਮੈਚ ਹੀ ਨਹੀਂ ਤੇ ਸਾਡਾ ਮੇਲ ਕਿੱਥੋਂ ਹੋਊ, ਇਹਨਾਂ ਸੁੱਕੀਆਂ ਤਿਲਾਂ ਦੇ ਵਿੱਚ ਤੇਲ ਕਿੱਥੋਂ ਹੋਊ। ਵਾਹ 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 ਵਾਹ। ਸਾਡਾ ਮੈਚ ਹੀ ਨਹੀਂ ਤੇ ਸਾਡਾ ਮੇਲ ਕਿੱਥੋਂ ਹੋਊ, ਇਹਨਾਂ ਸੁੱਕੀਆਂ ਤਿਲਾਂ ਦੇ ਵਿੱਚ ਤੇਲ ਕਿੱਥੋਂ ਹੋਊ। ਨਹੀਂ ਤੂੰ ਫੇਸਬੁੱਕ ਉੱਤੇ ਫੋਟੋ ਝੂਠੀਆਂ ਸੀ ਪਾਈਆਂ, ਸਾਨੂੰ ਲੁੱਟਿਆ ਏ ਪਾ ਕੇ ਪਿਆਰ ਦੀਆਂ ਬੋਟੀਆਂ। ਨਹੀਂ ਮੈਂ ਪਤਲਾ ਜਿਹਾ, ਤੂੰ ਤਾਂ ਕਿੰਨੀ ਮੋਟੀਆਂ। ਨਹੀਂ ਮੈਂ ਪਤਲਾ ਜਿਹਾ, ਤੂੰ ਤਾਂ ਕਿੰਨੀ ਮੋਟੀਆਂ। ਨਹੀਂ ਮੈਂ ਪਤਲਾ ਜਿਹਾ, ਤੂੰ ਤਾਂ ਕਿੰਨੀ ਮੋਟੀ ਆ। ਵਾਹ 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 ਯਾਰ, ਕੀ ਹੈ ਯਾਰ? ਕੋਈ ਗੱਲ ਨਹੀਂ, ਇਹ ਤਾਂ ਹਲੇ ਸ਼ੁਰੂਆਤ ਹੈ, ਗਾਣੇ 'ਤੇ ਗਾਣਾ ਚੜਿਆ ਪਿਆ। ਆ ਲਓ ਆਹ ਸੁਣੋ, ਤੈਨੂੰ ਵੇਖ ਵੇਖ ਹੀ ਆ ਗਿਆ ਭੁਚਾਲ ਨਹੀਂ, ਤੈਨੂੰ ਵੇਖ ਵੇਖ ਹੀ ਆ ਗਿਆ ਭੁਚਾਲ ਨਹੀਂ, ਤੈਨੂੰ ਵੇਖ ਵੇਖ ਆ ਗਿਆ ਭੁਚਾਲ ਨੀ, ਮੇਰੇ ਮੂੰਹ ਵਿੱਚੋਂ ਨਿਕਲ ਗਈ ਗਾਲ ਨੀ, ਉਹ ਤੇਰੀ ਭੈਣ ਦੀ ਹੀ, ਉਹ ਤੇਰੀ ਭੈਣ ਦੀ ਹੀ। ਓਹੋ ਓਹੋ ਓਹੋ, ਉਹ ਭਰਾਵ ਕੀ ਹੈ ਯਾਰ, ਗੀਤ ਆ ਕੋਈ ਇਹ ਸਾਰੇ? ਤੁਹਾਨੂੰ ਪਸੰਦ ਨਹੀਂ ਆਇਆ? ਇਹ ਮੁੰਡੇ ਦੀ ਸੋਚ ਹੋਰ ਆ, ਮੈਂ ਪਹਿਲੀ ਸਮਝ ਗਿਆ ਸੀ ਇਹਦੀ ਅੱਖ ਟੌਪ 'ਤੇ ਹੈ, ਇੱਥੋਂ ਨਿਕਲੂ ਤੁਹਾਡਾ ਫਿਊਚਰ। ਲੱਖ ਕੁ ਬੰਦਾ ਗਿਆ ਸੀ ਮੇਰੀ ਜਾਨ ਨਹੀਂ, ਦਾਜ ਵਿੱਚ ਮਿਲੀ ਸੀ ਮਸ਼ੀਨ ਗਨ ਨਹੀਂ। ਆਹ ਲੱਖ ਬੰਦਾ ਗਿਆ ਸੀ ਮੇਰੀ ਜਾਨ ਨਹੀਂ, ਦਾਜ ਵਿੱਚ ਮਿਲੀ ਸੀ ਮਸ਼ੀਨ ਗਨ ਨਹੀਂ, ਰਿਬਨ ਕਟਾਈ ਵੇਲੇ ਪੇਚਾ ਪੈ ਗਿਆ, ਨਹੀਂ ਫਿਰ ਗੋਲੀਆਂ ਦਾ ਉੱਥੇ ਮੀਂਹ ਪੈ ਗਿਆ, ਨਹੀਂ ਗੋਲੀਆਂ ਦਾ ਉੱਥੇ ਫਿਰ ਮੀਂਹ ਪੈ ਗਿਆ। ਉਹ ਭਰਾਵਾ ਕੋਈ ਸੂਫੀ ਸੁਣਾ ਦਿਓ ਯਾਰ, ਜੇ ਲਿਖਿਆ ਕੋਈ ਇੱਕ ਅੱਧਾ ਤਾਂ। ਕੋਈ ਗੱਲ ਨਹੀਂ, ਸੂਫੀ ਸੂਫੀ ਤੁਹਾਨੂੰ ਦੇ ਦਿੰਦੇ ਹਾਂ, ਤਿਆਰੀ ਕਰ ਰਿਹਾ ਮੁੰਡਾ ਆਪਣਾ, ਇਹਦੇ ਮੂੰਹੋਂ ਸੁਣੋ, ਸੁਣਾਓ ਜੀ। ਉਹ ਗੋਲੀਆਂ ਦਾ ਮੀਂਹ ਪੈ ਗਿਆ, ਹੱਥ ਕਿੱਥੇ ਆ, ਹੱਥ ਕਿੱਥੇ ਤੁਹਾਡਾ? ਓਹ ਓ, ਤੁਹਾਨੂੰ ਮਾਰਕੀਟ ਦੀ ਸਮਝ ਨਹੀਂ ਹੈਗੀ, ਮਾਰਕੀਟ ਕਿੱਧਰ ਨੂੰ ਜਾ ਰਹੀ ਆ, ਬਿਲਕੁਲ ਸਮਝ ਨਹੀਂ ਹੈਗੀ। ਅੱਜ ਕੱਲ੍ਹ ਗਾਣਾ ਬੜਾ ਹਿੱਟ ਹੋਇਆ, ਤੈਨੂੰ ਵੇਖ ਵੇਖ ਨਿਕਲੇ ਕੁਰੰਟਨੀ, ਤੈਨੂੰ ਵੇਖ ਵੇਖ ਨਿਕਲੇ ਕੁਰੰਟਨੀ। ਉਹ ਜਨਾਬ ਅੱਜ ਕੱਲ੍ਹ ਤਾਂ ਗੀਤਕਾਰੀ ਇਲੈਕਟ੍ਰੋਨਿਕ ਹੋ ਗਈ, ਤੁਸੀਂ ਕਿੱਧਰ ਸੂਫੀ, ਇਹ ਨਹੀਂ ਚੱਲਦਾ ਅੱਜ ਕੱਲ੍ਹ। ਤੂੰ ਉਸਤਾਦ ਦਾ ਗੀਤ ਸੁਣਿਆ ਬਲੂੰਗੜਾ? ਜੇ ਤੂੰ ਸੋਣੀਏ ਬਲੂੰਗੜਾ, ਲੈਣਾ ਨਹੀਂ ਸਾਡੇ ਘਰੇ ਬਿੱਲੀ ਸੂਈਆ। ਉਹ ਉਸਤਾਦ ਹੈ, ਇਸੇ ਕਲਬ 'ਚੋਂ ਨਿਕਲਿਆ ਹੋਇਆ ਗੀਤ ਹੈ। ਉਸ ਗਾਣੇ ਤੋਂ ਬਾਅਦ ਤਾਂ ਮੇਰਾ ਤਖੱਲਸ ਪੈ ਗਿਆ, ਬਿੱਲੂ ਬਲੂੰਗੜਾ। ਇੱਕ ਗੱਲ ਤਾਂ ਮੈਨੂੰ ਹੈਰਾਨ ਕਰਦੀ ਹੈ ਵੈਸੇ ਯਾਰ, ਤੇਰੇ ਉਸਤਾਦ ਨੂੰ ਇੰਨੇ ਸੋਹਣੇ ਸੋਹਣੇ ਸ਼ਬਦ ਔੜਦੇ ਕਿੱਥੋਂ ਹੈ? ਕਿੱਥੋਂ ਔੜਦੇ ਨੇ ਲਾ ਜੇ ਰੂਹਾਨੀ, ਮੈਨੂੰ ਖੁਦ ਨੂੰ ਯਕੀਨ ਨਹੀਂ ਹੁੰਦਾ। ਕੀ ਕੰਤ ਪਿਆ ਸੀ ਯਾਰ, ਤੁਹਾਨੂੰ ਜਮੇ ਸ਼ਰਮ ਜਿਹਾ ਆ ਜਾਣੀ ਯਾਰ।
ਤੁਸੀਂ ਬਣਾ ਕੇ ਛੱਡਿਆ? ਕੁਦਰਤੀ ਦੋ ਟੁੱਟੀਆਂ ਭੱਜੀਆਂ ਲੈਣਾ ਜੁੜ ਗਈਆਂ, ਆਪਦੇ ਆਪ ਨੂੰ ਦੇਵੀ ਮਖਸੂਸ ਪੂਰੀ ਸਮਝਣ ਲੱਗ ਜਾਂਦੇ ਤੁਸੀਂ। ਨਹੀਂ ਇੱਕ ਗੱਲ ਦੱਸੋ ਵੀ ਸਾਰੇ ਪੰਜਾਬ ਨੇ ਠੇਕਾ ਲਿਆ ਵੇ ਲਿਖਣ ਦਾ? ਇਹ ਬਣਾਉਣਗੇ ਗਾਇਕ ਇਹ, ਤੂੰ ਪਤਲਾ ਮੈਂ ਮੋਟੀ, ਮੈਂ ਤੂਫਾਨ ਠੱਲ ਦੂੰ, ਮੈਂ ਮਸ਼ੀਨ ਗਨ ਲੈ ਲੂੰ, ਮੈਂ ਗੋਲੀਆਂ ਚਲਾ ਦੂੰ, ਮੈਂ ਮੀਂਹ ਵਰਾ ਦੂੰ, ਕੋਈ ਹੋਰ ਗੱਲ ਨਹੀਂ ਆਉਂਦੀ। ਪੰਜਾਬ ਅਤੇ ਪੰਜਾਬੀ ਗਾਇਕੀ ਦਾ ਬੇੜਾ ਕਰ ਕੀਤਾ ਵਿਆ ਤੁਸੀਂ। ਤੁਸੀਂ ਕਿੰਨੀ ਵਾਰੀ ਕਿਹਾ ਵੀ ਇੰਨਾ ਸਮਝਦਾਰ ਬੰਦਾ ਨਾ ਲੈ ਕੇ ਆਇਆ ਕਰ, ਉਹ ਕੋਈ ਲੈ ਕੇ ਆਉਣਾ ਕੋਈ ਮੁੰਡਾ ਖੁੰਡਾ ਲਿਆ, ਚੱਕ ਵੀ ਮੰਡੀਰ ਲਿਆ। ਇੱਧਰ ਦੇਖੋ ਪੈਂਦੀਆਂ ਪੈਂਦੀਆਂ ਰਹਿ ਗਈਆਂ ਅੱਜ ਤਾਂ। ਆ ਜਾ।